Assalamualaikum dosto, aaj jo aapko asan dikhene village life hoy saver saver the time. Kya unhan da routine hunde saver saver nalo kya karene? Eh dekho sahi, eh saver saver nale mad hai, mad chade san janwaran ko. Inda nale yaar den sahi eh kheer vadhendi hai mad halake ganne wali mitti hai. Ganne wali jari mitti hundi hai na, kachra te mitti jari nikaldi hai eh uha hai. Eh hun janwaran ko chade san dekho. Eh hun mera cousin bathra ch bharenda pae te eh hun janwaran chade san. Eh dekho sahi eh janwar khadan tha. MashaAllah. Chungi bhale janwar hain. Allah barkat paave. ਇਹ ਦੇਖੋ ਸੀ ਇਹ ਹੁਣ ਜਵਾਨ ਚਾਹ ਦੇਵੇਂਦਾ ਪਏ ਜਾਨਵਰਾਂ ਨੂੰ ਸੱਟਣ ਕੀਤਾ ਇਤਨਾ ਪਿਆਰਾ ਮਾਹੌਲ ਹੈ ਸਮੋਗ ਹੀ ਹੈ ਸਾਰੀ ਦੇਖੋ ਇਹ ਗੋਰਸ਼ਾ ਮੁਹੰਮਦ ਦਾ ਇਲਾਕਾ ਇਹ ਮੰਜੀ ਖਣੀ ਤੇ ਅੱਲਾ ਬਰਕਤ ਪਾਉਣੇ ਇਹ ਦੇਖੋ ਇਹ ਜਵਾਨ ਸਾਡੀ ਤੇ ਮੱਡ ਮੱਡ ਸੜੇ ਨੇ ਮੱਡੀ ਸੜੇ ਨੇ ਮੁਖਤਲਿਫ ਅਲਫਾਜ਼ ਅੰਦਾਜ਼ ये देखो कितना प्यारा माहौल है हो गए सवेर सवेर का टाइम है देखो ये मंजी है मैं तो दिखावा ये सही गई खड़ी थी ये देखो नहीं हाथ फिरना नेड़े आ गई है और देखो जॉन हो मेरे को देख तो डर दिया मैं डरो ना मैं तो कुछ नहीं आता ਇਹ ਸੀ ਹੁਣ ਇਹ ਸਟੇ ਸਨ ਇਹ ਸੜਦੇ ਤਵਾਲੇ ਨੂੰ ਬਾਅਦ ਖੀਰ ਰੂਹੇ ਸਨ ਕਿਤਨਾ ਪਿਆਰਾ ਮਾਹੌਲ ਹੈ ਕਿਤਨਾ ਪਿਆਰਾ ਮੰਜੀ ਹਨ ਇਹ ਦੇਖੋ ਸੀ ਹੁਣ ਛੋਟੇ ਫਲ ਹਨ ਬੜੇ ਪਿਆਰੇ ਹਨ ਬੜੇ ਮਾਸੂਮ ਹਨ ਉਏ ਹੋਏ ਮੇਰੇ ਕੋ ਬੜੇ ਪਿਆਰੇ ਲੱਗਦੇ ਨੇ ਛੋਟੇ ਛੋਟੇ ਫਲ ਖੈਰ ਛੋਟੇ ਚੀਜ਼ ਹਰ ਕਿਸੇ ਨੂੰ ਪਸੰਦ ਹੋ ਜਾਂਦੇ ਇਹ ਦੇਖੋ ਕਿਤਨੇ ਪਿਆਰੇ ਪਿਆਰੇ ਹਨ ਸੋਹਣੇ ਸੋਹਣੇ ਫਲ ਉਏ ਗੋਗਲੂ ਮੋਗਲੂ ਇਹ ਕਿਤਨੇ ਪਿਆਰੇ ਹਨ ਮਾਸ਼ਾਅੱਲਾ ਚਾਰ ਫਲ ਹਨ ਬੜੇ ਪਿਆਰੇ ਹਨ ਸਵੇਰ ਸਵੇਰ ਨਾਲ ਪਰਿੰਦਿਆਂ ਦੀ ਚਾਹਚਾਹਟ ਮਾਹੌਲ ਸਵੇਰ ਸਵੇਰ ਦਾ ਆਪਦਾ ਹੀ ਮਜ਼ਾ ਆਉਂਦਾ ਇਹ ਪਾਣੀ ਇੱਥੇ ਭਰਿਆ ਖੜੇ ਮੰਜੀ ਕਿਤੇ ਜਿਹੜੇ ਵੇਲੇ ਖਾ ਪੀ ਗਿੰਦੇ ਹਨ ਵਾਲੀ ਥਾਂ ਥਾਵਣ ਕਿਤੇ ਆਨੇ ਹਨ ਜਿਵੇਂ ਤੱਕ ਪਤਾ ਹੋ ਸੀ ਮੰਜੀ ਬੜਾ ਪਾਣੀ ਦੇ ਵਿੱਚ ਥਾਂ ਨੇ ਇੰਜੋਏ ਕਰੇ ਨੇ ਜਿਵੇਂ ਆਪਾਂ ਸਵਿਮਿੰਗ ਪੂਲ 'ਚ ਇੰਜੋਏ ਕਰੇ ਨੇ ਮੰਜੀ ਨਾ ਆਏ ਸਵਿਮਿੰਗ ਪੂਲ ਇਹ ਸਵਿਮਿੰਗ ਪੂਲ ਦੇ ਵਿੱਚ ਥਾਂ ਨੇ ਇਹ ਸਾਰਾ ਏਰੀਆ ਜਿੱਥਾਂ ਵਧੀ ਨੇ ਮੰਜੀ ਇਹ ਏਰੀਆ ਸਹੀ ਸਬਜ਼ੀ ਵੀ ਭਾਈ ਖਾਣੀ ਜਿੱਥਾਂ ਮੇਰੇ ਖਾਲੂ ਹੋ ਰਹੀ ਘਰ ਕਿਤੇ ਕਿਚਨ ਚਲਾਉਣ ਕਿਤੇ ਸਬਜ਼ੀ ਹੈ ਸਹੀ ਦੇਖੋ ਹਾਂ ਸਬਜ਼ੀ ਮੈਂ ਆਦਾ ਵੀ ਆਪਣੀਆਂ ਸਬਜ਼ੀਆਂ ਭਾਵੋ ਮੁਰਗੀਆਂ ਪਾ ਲਓ ਇਹ ਸਹੀ ਇਹ ਨਾਲ ਬਾਗ ਹੈ ਮਾਲਟਿਆਂ ਦਾ ਛੋਟਾ ਬਾਗ ਘਰ ਦੇ ਨਾਲ ਜਿਵੇਂ ਖਾਵਣ ਕਿਤੇ ਤਕਰੀਬਨ 15-20 ਬੂਟੇ ਹੋ ਸਕਦੇ ਵਿੱਚ ਲਈ ਖੜੇ ਨੇ ਘਰ ਦਾ ਇਸਤੇਮਾਲ ਕਿਤੇ ਹੁਣ ਤਾਂ ਮੇਰੇ ਖਿਆਲ 'ਚ ਮਾਲਟੇ ਪੱਟੀ ਛੱਟੀ ਗਈਆਂ ਨੇ ਨਾਲ ਨਿੰਬੂ ਹਨ ਮਾਲਟੇ ਹਨ ਇਹ ਏਰੀਆ ਦੇ ਵਿੱਚ ਸਬਜ਼ੀ ਭਾਈ ਖੜੇ ਨੇ ਮੰਚ ਡੁਹੇਂਦਾ ਬੈਠੇ ਮੈਂ ਕਰੀਬ ਨਹੀਂ ਮੈਂਦਾ ਮੇਰੇ ਕੋਲ ਦੇਖ ਤਾਂ ਡਰਦੀ ਹੈ ਭਾਜ ਵੈਸੀ ਤਾਂ ਖੀਰ ਸਾਰਾ ਵਿਟੇਜ ਪੋਸੀ ਗਲ ਮੈਂ ਕਰੀਬ ਨਹੀਂ ਮੈਂਦਾ ਉਹ ਆਦਿ ਸ਼ਾਇਦ ਡਾਕਟਰ ਆਇਆ ਤਾਂ ਟੀਕਾ ਲਾ ਦੇ ਮਤਾ ਦੋਸਤੋ ਇਹ ਦੇਖੋ ਹੁਣ ਇਹ ਮੇਰਾ ਖਾਲੂ ਹੁਣ ਮੰਚ ਡੁਹੇਂਦਾ ਬੈਠੇ ਇਹ ਏਡੋ ਡੇਦੀ ਖੜੇ ਵੀ ਮਤਾ ਬੰਦਾ ਕੋਈ ਨੇੜੇ ਆਉਂਦੇ ਟੱਪ ਮਾਰਦੇ ਸਾਰਾ ਖੀਰ ਵੀਟਦੇ ਸੀ ਗਈ ਦੇਖ ਤੇ ਮੇਰੇ ਡਰਦਿਆਂ ਖੜੇ ਅੰਦਰ ਹੋਣਾ ਮੈਂ ਕੋਈ ਬਲਾਂ ਕਹਿ ਨਹੀਂ ਮੰਜੀ ਨੇ ਬੰਦਾ ਨਵਾਂ ਹੈ ਕਿਆ ਕਰੇਂਦਾ ਵਾ ਤੇ ਬੰਦਾ ਉਹ ਤਾਂ ਟੀਕਾ ਸ਼ੀਕਾ ਲਾ ਦੇਵੇ ਪਰਿੰਦਿਆਂ ਦੀ ਚਹਿਚਹਾਟ ਬੜੀ ਪਿਆਰੀ ਹੈ ਦਿਹਾਤੀ ਮਾਹੌਲ ਕਿਤਨਾ ਪਿਆਰਾ ਮਾਹੌਲ ਹੈ ਯਾਰ ਦੋਸਤੋ ਇਹ ਦੇਖੋ ਇਹ ਹੁਣ ਅਸੀਂ ਆਏ ਹੁੰਦੇ ਹਾਂ ਗਾਹ ਕੱਪਣ ਕਿਤੇ ਉਹਨਾਂ ਜਾਨਵਰਾਂ ਕਿਤੇ ਕੱਲ੍ਹ ਕਿਤੇ ਗਾਹ ਕੱਪਣਾ ਜਾਂ ਸ਼ਾਮ ਕਿਤੇ ਅਤੇ ਕੱਲ੍ਹ ਕਿਤੇ ਯਾਨੀ ਕਿ ਸ਼ਾਮ ਕੋਈ ਜਰਾ ਗਾਹ ਕੱਪਿਓ ਸੂੰ ਇਹ ਉਹਨਾਂ ਕੋ ਸਟੇ ਸੂੰ ਵਾਲੋ ਇਹੋ ਗਾਹ ਸਵੇਰੇ ਸਟੇ ਸੂੰ ਕਿਉਂਕਿ ਸ਼ਾਮ ਕੋਲ ਮੁਸ਼ਕਿਲ ਥੀ ਵੈਸੇ ਟਾਈਮ ਇਤਨਾ ਕਹਿੰਦੀ ਹੁੰਦਾ ਗਾਹ ਕੱਪਣ ਦਾ ਟਾਈਮ ਜ਼ਿਆਦਾ ਥੀ ਹੁੰਦਾ ਜਾਨਵਰ ਢੇਰ ਹਨ ਇਹ ਤਕਰੀਬਨ 2-3 ਘੰਟੇ ਇੱਥੇ ਇਹਨਾਂ ਕੋਲ ਲੱਗ ਸਨ ਗਾਹ ਕੱਪਣ ਕਿਤੇ ਇਹ ਮੇਰਾ ਕਜ਼ਨ ਹੈ ਯਾ ਰੋਸ਼ਨ ਮੁਹੰਮਦ ਰੋਸ਼ਨ ਇਹ ਲਾਹੌਰ ਦੇ ਵਿੱਚ ਬਾਲਾਂ ਕੋ ਪੜ੍ਹੇਂਦੇ ਅਤੇ ਮਾਸ਼ਾਅੱਲਾ ਅੱਛਾ ਬੰਦਾ ਹੈ ਬਹੂ ਇਹਦੇ ਕੋਲ ਮੈਂ ਆਇਆ ਉਹਨੂੰ ਬਾਅਦ ਇਹ ਵੀ ਆ ਮੇਰਾ ਕਜ਼ਨ ਹੈ ਇਹ ਮੁਹੰਮਦ ਇਰਫਾਨ ਇਹ ਸਹੀ ਦਰਜਿਆਂ ਦਾ ਕੰਮ ਕਰੇਂਦੇ ਅਤੇ ਇਹ ਮੋ ਅੱਛਾ ਬੰਦਾ ਹੈ ਅਤੇ ਮੇਰੇ ਮਸਾਹ ਹੈ ਡੂਹੇ ਬਾਪੂ ਮੈਨੂੰ ਕਿਸੇ ਤਰ੍ਹਾਂ ਸਮਾਂ ਕਜ਼ਨ ਮਜ਼ਨ ਉਹ ਗਾਜਰ ਮੂਲੀ ਵਾਲੀ ਗੱਲ ਸੀ ਅਸੀਂ ਵੀ ਗਾਜਰ ਮੂਲੀ ਸਾਰਾ ਕੁਝ ਇੱਕੋ ਬਣਾ ਦਿੱਤਾ ਇਹ ਮਤਲਬ ਮਸਾਹ ਹੈ ਮੇਰੇ ਜੀ ਗਾਹ ਕੱਪਣਾ ਬੈਠੇ ਇਹ ਬੈਠੇ ਸਹੀ
ਤੇ ਬਾਹਰੋਂ ਪਿੱਛੋਂ ਮਾਹੌਲ ਦੇਖੋ ਕਿੰਨਾ ਪਿਆਰਾ ਮਾਹੌਲ ਹੈ, ਸਬਜ਼ਾ ਹੀ ਸਬਜ਼ਾ ਹੈ। ਸਵੇਰ ਦਾ ਟਾਈਮ ਹੈ, 11 ਦਾ ਟਾਈਮ ਹੈ, ਕਿਉਂਕਿ ਅੱਜ ਧੁੱਪ ਨਿਕਲਣ ਦੇ ਕੋਈ ਚਾਂਸਸ ਕਹਿ ਨਹੀਂ। ਦੋ ਚਾਰ ਦਿਨ ਮੌਸਮ ਹੈ ਤਾਂ ਸਾਇਨ ਖਰਾਬ ਰਾਸੀ, ਤੇ ਹਾਲੀ ਤਾਂ ਮੌਸਮ ਖਰਾਬ ਹੈ। ਅੱਜ ਘਰ ਕਦ ਦਿਖਿਆ ਵੀ ਕੀ ਹੈ ਤੁਹਾਨੂੰ ਪਤਾ ਹੋ ਜੀ ਖੈਲ ਸਰਾ ਕਿ ਵੀਰਾਂ ਜੇ ਕੰਮ ਕਰਾਉਣ ਨੂੰ ਪਤਾ ਵੀ ਖਾ ਕੀ ਕਮੀ ਲੈ ਤੇ ਵੀਰਾ ਘਾ ਕਪਾ ਸ਼ੁਰੂ ਕੀਤੀ ਬੈਠੇ ਇੱਕ ਦੇਖੋ ਇਹ ਕਿਹੜੇ ਅੰਦਾਜ਼ ਨਵਾਂ ਬੰਦਾ ਇਵੇਂ ਘਾ ਕਪੈਂਦਾ ਹੈ। ਪਹਿਲੇ ਮੈਂ ਘਾ ਘਾ ਕਪੈਂਦਾ ਰਹਿ ਗਿਆ ਹਾਂ, ਕੰਮ ਚੱਲ ਕਰਦਾ ਮੈਂ ਕੋਈ ਬਾਹਰ ਸੱਚੀ ਖੜ ਲੱਗਦੀ ਪਹਿਲੇ ਕਿ ਘਾ ਕਪੈਂਦਾ ਗਰਮ ਦੀ ਵੇਸੋ ਜੇ ਡਾਕਾ ਕੰਮ ਥੱਕ ਮੈਂ ਬੰਦਾ ਕਰਨੇ ਕਹਿੰਦਾ ਲੇਕਿਨ ਮਜ਼ਾ ਆਉਂਦਾ ਰਾਤ ਬੰਦਾ ਸੁਣਦੇ ਛਸਾ ਆਉਂਦੀ ਹੈ। ਹਾਂ ਦੋਸਤੋ ਘਾ ਸ਼ਾਸਾਂ ਕੱਪ ਕੀਤੇ ਸੇ ਜਵਾਨਾ ਘਾ ਸ਼ਾ ਵਾੜ ਕੇ 2-3 ਘੰਟੇ ਲੱਗੇ ਨੂੰ ਕੱਪ ਕੀਤੇ ਨੇ ਹੁਣ ਘਾ ਚੇਂਦੇ ਪੈਣ ਹਾਂ ਚਈ ਜਾਂਦੇ ਕਮਰਾਨ ਹੁਸੈਨ 12 ਤਾਂ ਕਹਿੰਦੇ ਜ਼ਿਆਦਾ ਹੈਂ ਜਵਾਨ ਚਈ ਜਾਂਦੇ ਤੇ 12 ਕਹਿੰਦੇ ਜ਼ਿਆਦਾ ਮੈਂ ਕਿ ਬੱਤਾ ਕਹਿੰਦੇ ਤੇ ਤਲਿਆ ਹੋਇਆ ਜਵਾਨ ਮਜ਼ਬੂਤ ਤੇ ਕਹਿੰਦੇ ਚਣਾ ਚੇਂਦੇ ਤਕੜਾ ਜਵਾਨ ਦੇਖ ਹੀ ਨੋ ਇਹ ਹੁਣ ਰੇਡੀ ਤੇ ਲੈ ਸੋ ਤਾਂ ਰੇਡੀ ਤੇ ਲੱਡੇ ਤੇ ਘਰ ਚ ਆ ਗਏ ਸੋਸਾਂ ਪਹਿਲੇ ਕੁਝ ਰੱਖੀ ਕਣ ਘਾ ਤੇ ਮਜ਼ੀਦ ਵੀ ਆ ਰੱਖੇ ਸਨ ਹੁਣ ਇਹ ਦੇਖੋ ਇਹ ਘਾ ਦੇ ਰੇੜੀ ਦੇ ਰੱਖ ਦਿੱਤੇ ਨੇ ਇਹ ਦਾਂਦ ਖੜੇ ਸੀ ਆ ਜ਼ਿਆਦਾ ਨੇੜੇ ਨਹੀਂ ਵੇਂਦਾ ਇਹਦੇ ਨੇੜੇ ਗਿਓ ਸੇ ਤਾਂ ਇਹ ਦੇਖੋ ਸਿੰਘ ਮਤਾਂ ਮੈਂ ਦੇਖ ਤੇ ਡਰ ਵਜਾ ਗੱਲ ਮੈਂ ਵੀਡੀਓ ਬਣੇ ਰੱਖਣਾ ਇਹ ਦੇਖੋ ਆ ਇਹ ਦੇਖੋ ਸਿੰਘ ਸੌਂਡ ਇਹ ਦੇਖੋ ਇਹ ਹੁਣ ਨਵਾਂ ਦਾਂਦ ਤਿਆਰ ਕਰਦੇ ਮੈਂ ਛੋਟੇ ਛੋਟੇ ਖਾ ਕੇ ਦੇਣ ਮੈਂ ਥੱਲੇ ਲਾਇਆ ਹੁਣ ਤੇ ਵੀ ਆ ਪਿੱਛੋਂ ਦਾਂਦ ਹੁੰਦੇ ਰੇਟ ਦੇ ਨਾਲ ਲਈ ਹੋ ਜਾਣ ਤਾਂ ਕਿ ਤਿਆਰ ਥੀ ਵਜੇ